ਜਿੰਦਾਬਾਦ 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 ਸੀਆਈਟੀਯੂ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਵਿੱਚ ਡੀਟੀਓ ਦਫ਼ਤਰ ਬੰਦ ਕਰਕੇ ਉਹਨਾਂ ਦਾ ਕੰਮ ਐਸਡੀਓ ਦਫ਼ਤਰ ਨੂੰ ਦੇਣ ਦੇ ਵਿਰੋਧ ਵਿੱਚ ਅੱਜ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਕਾਂਗਰਸ ਭਾਵ ਸੀਟੂ ਦੀ ਰੂਪਨਗਰ ਜ਼ਿਲ੍ਹਾ ਕਮੇਟੀ ਦੇ ਬੈਨਰ ਹੇਠ ਡਰਾਈਵਰਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਕਮਰਸ਼ੀਅਲ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਦਾ ਕਹਿਣਾ ਕਿ ਰੋਪੜ ਤੋਂ ਗੱਡੀਆਂ ਦੀ ਰਜਿਸਟ੍ਰੇਸ਼ਨ ਲਈ ਮੋਹਾਲੀ ਆਉਣਾ ਪੈਂਦਾ ਅਤੇ ਮੋਹਾਲੀ ਦਫ਼ਤਰ ਵਿੱਚ ਜਵਾਬ ਮਿਲਦਾ ਕਿ ਰੋਪੜ ਦਾ ਪਿਛਲਾ ਰਿਕਾਰਡ ਹਾਲੇ ਪ੍ਰਾਪਤ ਨਹੀਂ ਹੋਇਆ। ਇਸ ਕਾਰਨ ਉਹਨਾਂ ਨੂੰ ਬੇਹੱਦ ਪਰੇਸ਼ਾਨੀ ਹੋ ਰਹੀ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਾਇਸੈਂਸ ਰੀਨਿਊ ਕਰਾਉਣ ਲਈ ਵੀ ਬਹੁਤ ਪਰੇਸ਼ਾਨੀ ਆ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਡਰਾਈਵਰ ਬੇਰੁਜ਼ਗਾਰ ਹੋ ਗਏ ਨੇ। ਅੱਜ ਦਾ ਸਾਡਾ ਧਰਨਾ ਹੈਗਾ ਜੀ, ਇਹ ਪੰਜਾਬ ਸਰਕਾਰ ਵੱਲੋਂ ਜੋ ਡੀਟੀਓ ਦਾ ਅਹੁਦਾ ਖਤਮ ਕਰਿਆ ਗਿਆ, ਉਸ ਅਹੁਦਾ ਖਤਮ ਕਰਨ 'ਤੇ ਡਰਾਈਵਰਾਂ ਨੂੰ ਮੁਸ਼ਕਲਾਂ ਜੋ ਆ ਰਹੀਆਂ ਉਹ ਹੈਗੀਆਂ ਜੀ ਲਾਇਸੈਂਸਾਂ ਦੀਆਂ। ਜੋ ਕਮਰਸ਼ੀਅਲ ਲਾਇਸੈਂਸਾਂ ਜੀ ਉਹ ਪਹਿਲਾਂ ਡਿਸਟ੍ਰਿਕਟ ਲੈਵਲ 'ਤੇ ਹੋ ਜਾਂਦੇ ਸੀ, ਹੁਣ ਉਹ ਲਾਇਸੈਂਸ ਇਹਨਾਂ ਨੇ ਰੋਪੜ ਦੇ ਜੋ ਲਾਇਸੈਂਸ ਹੈ ਹੈਵੀ ਅਤੇ ਜਾਂ ਕਮਰਸ਼ੀਅਲ ਦੀਆਂ ਆਰਸੀਆਂ ਉਹ ਇਹਨਾਂ ਨੇ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਅਟੈਚ ਕਰਤੀਆਂ ਜੀ। ਜਦੋਂ ਵੀ ਸਾਡੇ ਸਵਰਾਜ ਮਾਜ ਦਾ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਦੇ ਜਾਂ ਹੋਰ ਵੀ ਟਰੱਕਾਂ ਦੇ ਡਰਾਈਵਰ ਜਾਂ ਬੱਸਾਂ ਦੇ ਡਰਾਈਵਰ ਜਿਨ੍ਹਾਂ ਦੇ ਰੋਪੜ ਦੇ ਲਾਇਸੈਂਸ ਹੈ, ਜਦੋਂ ਉਹ ਮੋਹਾਲੀ ਰਿਨਿਊ ਕਰਵਾਉਣ ਵਾਸਤੇ ਜਾਂਦੇ ਹੈ ਤਾਂ ਉਸ ਟਾਈਮ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਰੋਪੜ ਦੇ ਲਾਇਸੈਂਸਾਂ ਦਾ ਸਾਡੇ ਕੋਲ ਜੋ ਰਿਕਾਰਡ ਹੈ ਉਹ ਨਹੀਂ ਪਹੁੰਚਿਆ। ਅਤੇ ਜਦੋਂ ਉਹ ਰੋਪੜ ਡੀ ਟੀ ਓ ਆਫਿਸ ਆ ਕੇ ਗੱਲ ਕਰਦੇ ਹੈ ਤਾਂ ਇੱਥੋਂ ਕਿਹਾ ਜਾਂਦਾ ਉਹਨਾਂ ਨੂੰ ਕਿ ਤੁਹਾਡੇ ਲਾਇਸੈਂਸ ਹੈ ਜਿਹੜੇ ਉਹ ਮੋਹਾਲੀ ਰਿਨਿਊ ਹੋਣੇ ਹੈ ਜਾਂ ਜਿਹੜੀਆਂ ਤੁਹਾਡੀਆਂ ਕਮਰਸ਼ੀਅਲ ਗੱਡੀਆਂ ਦੀਆਂ ਆਰਸੀਆਂ ਉਹ ਵੀ ਮੋਹਾਲੀ ਹੀ ਬਣਾਈਆਂ ਜਾਣਗੀਆਂ। ਇਹ ਜਿਹੜਾ ਸਾਡੇ ਵਾਸਤੇ ਰੋਪੜ ਜ਼ਿਲ੍ਹੇ ਵਾਸਤੇ ਜਿਹੜਾ ਮੁੱਖ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ, ਸਾਡੇ ਵਾਸਤੇ ਮੈਂ ਕਹਿੰਦਾ ਨਾਇਸ਼ ਆ। ਪਹਿਲਾਂ ਨੇ ਸਾਡਾ ਜ਼ਿਲ੍ਹਾ ਤੋੜਿਆ, ਹੁਣ ਸਾਡਾ ਜਿਹੜਾ ਟਰਾਂਸਪੋਰਟੇਸ਼ਨ ਦਾ ਕੰਮ ਆ ਉਹ ਸਾਰਾ ਚੱਕ ਕੇ ਮੋਹਾਲੀ ਵਾੜਤਾ। ਇੱਕ ਪਾਸੇ ਰੋਪੜ ਡਿਵੀਜ਼ਨ ਬਣੀ ਹੋਈ ਆ ਅਤੇ ਦੂਜੇ ਪਾਸੇ ਸਾਡੇ ਡਰਾਈਵਰਾਂ ਨੂੰ ਔਰ ਛੋਟੇ ਜਿਹੜੇ ਮਾਲਕਾਂ ਨੂੰ ਉਹ ਦੋ ਦੋ ਮਹੀਨੇ ਮੋਹਾਲੀ ਘੁੰਮਣਾ ਪੈਂਦਾ। ਅਸੀਂ ਸਰਕਾਰ 'ਤੇ ਮੰਗ ਕਰਦੇ ਹਾਂ ਵੀ ਚਾਹੀਦਾ ਤਾਂ ਇਹ ਆ ਵੀ ਜਿਹੜੇ ਟਰਾਂਸਪੋਰਟ ਨਾਲ ਸੰਬੰਧਿਤ ਡਰਾਈਵਰਾਂ ਦੇ ਕੰਮ ਆ ਜਾਂ ਗੱਡੀਆਂ ਦੇ ਕੰਮ ਆ ਉਹ ਸਬ ਡਿਵੀਜ਼ਨ ਪੱਧਰ 'ਤੇ ਹੋਣ, ਪਰ ਇਹ ਚੱਕ ਕੇ ਤਿੰਨ ਤਿੰਨ ਜ਼ਿਲ੍ਹੇ ਜਿਹੜੇ ਜੋੜ 'ਤੇ ਇਹਨੂੰ ਰੋਕਿਆ ਜਾਵੇ। ਸਾਡਾ ਜਿਹੜਾ ਪਹਿਲਾਂ ਰੋਪੜ ਕੰਮ ਚੱਲਦਾ ਤਾ ਟਰਾਂਸਪੋਰਟ ਦਾ ਉਹ ਕਿਵੇਂ ਚੱਲਣਾ ਚਾਹੀਦਾ। ਸਪੋਕਸਮੈਨ ਟੀਵੀ ਦੇ ਲਈ ਰੋਪੜ ਤੋਂ ਸ਼ਮਸ਼ੇਰ ਬੱਗਾ ਦੀ ਰਿਪੋਰਟ।